बसमिल्ला रखमान रहीम तमाम दोस्त मेरे भाई मेरे चहने सब दोस्तों मेरी तरफों असलामैलकम उम्मीद है सब दोस्त खैरियत में होंगे तो भाई मेरे पंद्रह हज़ार बॉन्ड अपना ड्रा प्ले करना है थाईलैंड लॉटरी का ड्रा है सं दो हज़ार सत्तों लाग तो हूं तक अनब्रेक रूटीन अपने दोस्तों शेयर करनी है यह जगह तो ड्रा करना यार साल की पहली पट्टी से तो वैसे तो ड्रा मेरा भाई सारे दोस्तों पता ही होना है कि तीह तरीक का ड्रा है बारहवा महीना सं दो हज़ार तेई में ड्रा होना है ਅੱਛੀ ਕੋਸ਼ਿਸ਼ ਅੱਛੀ ਸਰਚ ਅੱਛੀ ਮਿਹਨਤ ਮੈਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨੀ ਗੈਬ ਦੇ ਲਮੱਲਾ ਦੀ ਜ਼ਾਤ ਕੋਲੇ ਆਪਣਾ ਕੰਮ ਮੈਂ ਕੋਸ਼ਿਸ਼ ਕਰਕੇ ਸਰਚ ਕਰਕੇ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਸਾਹਮਣੇ ਰੱਖਣੀ ਐ ਭਾਈ ਮੇਰੇ ਨਾਲ ਮੈਂ ਦੂਸਰੀ ਵੀਡੀਓ ਲਾ ਰਿਹਾ ਪਹਿਲੇ ਇੱਕ ਵੀਡੀਓ ਲਾਈ ਹੈ ਮੈਂ ਅੱਜ ਦੂਸਰੀ ਵੀਡੀਓ ਹੈ ਮੇਰੀ ਇੱਕ ਓਪਨ ਹੈ ਯਾਰ ਇੱਕ ক্লোਜ਼ ਇੱਕ ਹੀ ਸੈਂਟਰ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਮੇਰੀ ਕੋਸ਼ਿਸ਼ ਵੀ ਇਹੀ ਹੁੰਦੀ ਕਿ ਯਾਰ ਮੇਰੇ ਦੋਸਤਾਂ ਨੂੰ ਪਤਾ ਹੈ ਜੋ ਕਿ ਮੇਰੇ ਨਾਲ ਪਹਿਲੇ ਦੇ ਸਬਸਕ੍ਰਾਈਬ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਕੀਤਾ ਹੋਇਆ ਉਹਨਾਂ ਦੋਸਤਾਂ ਨੂੰ ਪਤਾ ਹੈ ਕਿ ਯਾਰ ਮੈਂ ਸੈੱਟ ਦੀ ਰੁਟੀਨ ਲਾਣਾ ਮੈਂ ਲਿੰਕਾਂ ਦੀ ਰੁਟੀਨ ਹੀ ਲਾਂਦਾ ਕਿ ਤਿੰਨ ਚਾਰ ਲਿੰਕ ਇੱਕ ਵੀਡੀਓ ਚ ਬਖਾ ਦਵਾ ਤਿੰਨ ਚਾਰ ਲਿੰਕ ਇੱਕ ਵੀਡੀਓ ਚ ਬਖਾ ਦਵਾ ਮੈਂ ਸੈੱਟ ਦੀ ਰੁਟੀਨ ਬਖਾਣੀ ਯਾਰ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਯਾਰ ਮੈਂ ਸਿੰਗਲ ਚੀਜ਼ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂ ਤੇ ਇਨਸ਼ਾਅੱਲਾ ਅੱਜ ਦੀ ਵੀਡੀਓ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਮੇਰੇ ਦੋਸਤਾਂ ਨੂੰ ਪਸੰਦਾ ਆਸੀ ਕੋਸ਼ਿਸ਼ ਕਰਿਆ ਕਰੋ ਵੀਡੀਓ ਪੂਰੀ ਵੇਖਿਆ ਕਰੋ ਰੁਟੀਨ ਅੱਛੀ ਲੱਗੇ ਤਾਂ ਸਪੋਰਟ ਕਰਿਆ ਕਰੋ ਯਾਰ ਐ ਯਾਰ ਭਾਈ ਨਾ ਸਭ ਤੋਂ ਪਹਿਲੀ ਦਫਾ ਐ ਚਾਰ ਦਾ ਸੈਂਟਰ ਲੱਗਾ ਮੈਂ ਆਪਣੇ ਦੋਸਤਾਂ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਇੰਨਾ ਤੱਕ ਇਹਨੇ ਆਪਣੀ ਬੜੀ ਅੱਛੀ ਸਪੋਰਟ ਕੀਤੀ ਸੀ ਤੁ ਬੜੀ ਅੱਛੀ ਸਪੋਰਟ ਕੀਤੀ ਸੀ ਇਹ ਪੂਰੀ ਪੀਸੀ ਇੱਥੇ ਆਪਾਂ ਪਲੇ ਕਰਵਾਈ ਸੀ ਮੇਰੇ ਦੋਸਤਾਂ ਨੂੰ ਪਤਾ 73 94 ਦੀ ਇਹ ਚਾਰੋਂ ਫਿਗਰ ਲੱਗ ਗਏ ਸਨ ਐਸੇ ਹੀ ਸੈੱਟ ਤੋਂ ਯਾਰ ਅੱਜ ਇੱਥੇ ਥੱਲੇ ਪੈਕਟ ਸਿੰਗਲ ਲੱਗ ਰਹੀ ਯਾਰ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਾ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆ ਸੀ ਯਾਰ ਆ ਚਾਰ ਦਾ ਸੈਂਟਰ ਪਹਿਲੀ ਦਫਾ ਲੱਗਿਆ ਤੇ ਆਖਰੀ ਪੱਟੀ ਤੇ ਇੰਦੀ ਸੇਮ ਪੱਟੀ ਆਖਰੀ ਪੱਟੀ ਜਦੋਂ ਆਣੀ ਸੀ ਨਾ ਤੇ 7 ਦਾ ਸੈਂਟਰ ਲੱਗਣਾ ਬਹੁਤ ਮਜਬੂਰੀ ਸੀ ਹੁੰਦੀ ਇੱਕ ਦਾ ਛੱਡ ਕੇ ਇਹੀ 7 ਦਾ ਓਪਨ ਲੱਗਣਾ ਸੀ ਐਸ ਓਪਨ ਤੇ ਐਸ ਓਪਨ ਦੀ ਜਮਾ ਵੀ 8 ਬਣਨੀ ਸੀ ਯਾਰ ਬੜਾ ਪਿਆਰਾ ਐਂਗਲ ਹੈ ਇਹ ਪੂਰਾ ਸਟੈਪ ਮੈਂ ਆਪਣੇ ਦੋਸਤਾਂ ਨਾਲ ਪਹਿਲੇ ਸ਼ੇਅਰ ਕੀਤਾ ਹੋਇਆ ਹੈ ਫਿਰ ਯਾਰ ਦੂਸਰੀ ਦਫਾ ਇਹ ਲੱਗਿਆ 4 ਦਾ ਸੈਂਟਰ ਆਖਰੀ ਪੱਟੀ ਤੇ ਨਹੀਂ ਸੇਮ ਪੱਟੀ ਤੇ ਸਾਧੇ ਸੈਂਟਰ ਦੀ ਮਜਬੂਰੀ ਸੀ ਦੋਨੋਂ ਆਪਣਾ ਦੀ ਜਮਾ 8 ਬਣਨੀ ਸੀ ਅੱਗੇ ਜਾ ਤਾਂ ਸਾਧਾ ਓਪਨ ਹੀ ਪਲੇ ਹੋਣਾ ਸੀ ਇਹ ਹੋਇਆ ਫਿਰ ਯਾਰ ਮੈਂ ਇੱਥੇ ਆਪਣੇ ਦੋਸਤਾਂ ਨਾਲ ਸ਼ੇਅਰ ਕੀਤੀ ਸੀ ਰੁਟੀਨ ਕਿ ਇਹ 4 ਦਾ ਸੈਂਟਰ ਲੱਗਿਆ ਆਖਰੀ ਪੱਟੀ ਤੇ ਸੇਮ ਪੱਟੀ ਤੇ ਸਾਥੀ ਸੈਂਟਰ ਲੱਗਣਾ ਸੀ ਇਹਦੇ ਇੱਕ ਡਰਾ ਛੱਡ ਕੇ ਅੱਗੇ ਖੇਣਾ ਸੀ ਤੇ ਕੱਲਾ ਸਾਧਾ ਓਪਨ ਲੱਗਣਾ ਸੀ ਇਹਨਾਂ ਦੋਵਾਂ ਆਪਣਾਂ ਦੀ ਜਮਾ ਵੀ ਅੱਠ ਹੋਣੀ ਜ਼ਰੂਰੀ ਸੀ ਅੱਜ ਯਾਰ ਆਪਾਂ ਇੱਥੇ ਡਰਾ ਕਰਨਾ ਹੈ ਬੜਾ ਪਿਆਰਾ ਸੈੱਟ ਬਹੁਤ ਹੀ ਜ਼ਬਰਦਸਤ ਸੈੱਟ ਮੇਰੇ ਦੋਸਤਾਂ ਨਾਲ ਮੈਂ ਜੋ ਸ਼ੇਅਰ ਕਰਨਾ ਹੈ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਮੇਰਾ ਕੰਮ ਯਾਰ ਕੋਸ਼ਿਸ਼ ਕਰਕੇ ਨਾ ਅੱਛੀ ਸਰਚ ਕਰਕੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨੀ ਯਾਰ ਨਾ ਇਹ ਜਿਹੜਾ ਦਾ ਸੈਂਟਰ ਹੈ ਨਾ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਇਹ ਚੌਥਾ ਫਿੰਗਰ ਇਹ ਤਵੱਜੂ ਕਰਨੀ ਹੈ ਦੋ ਫਿਗਰਾਂ ਨੂੰ ਆਪਾਂ ਟੱਚ ਕਰਨਾ ਹੈ ਇਹਨਾਂ ਦੀ ਜਮ੍ਹਾਂ ਯਾਰ 5 ਇਸ ਈ ਕੇ ਨਾਲ ਉਸ ਦੇ ਵਿੱਚ ਐ 6 ਤੇ ਥੱਲੇ 8 ਇਹਨਾਂ ਦੋਵਾਂ ਫਿੰਗਰਾਂ ਦੀ ਜਮ੍ਹਾਂ 5 ਯਾਰ ਐ ਸਭ ਤੋਂ ਪਹਿਲੀ ਦਫਾ ਨਾ ਦੂਸਰੇ ਦੀ ਕਰੀ ਮੈਂ ਆਪਣੇ ਦੋਸਤਾਂ ਨੂੰ ਦੱਸ ਲਵਾਂ ਇਹਦੀ ਜਮ੍ਹਾਂ 3 ਨੇ ਯਾਰ ਐ ਸੈਂਟਰ ਤੇ ਚੌਥੇ ਫਿੰਗਰ ਦੀ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਕਿ ਯਾਰ ਜਦੋਂ ਸੈੱਟ ਲੱਗਿਆ ਨਾ 7 ਦੇ ਉੱਤੇ ਜਿਹੜਾ ਸੈਂਟਰ ਲੱਗਿਆ ਖਲਾ ਤੇ 7 ਦੇ ਨਾਲ ਦਾ ਚੌਥਾ ਫਿੰਗਰ ਇਹਨਾਂ ਦੋਵਾਂ ਨੂੰ ਆਪ ਜਮ੍ਹਾਂ ਕਰਨੇ ਜਿਵੇਂ ਕਿ ਆ ਦੋ ਐ ਸਾਦੇ ਉੱਤੇ 2 2 ਦੇ ਥੱਲੇ ਇੱਕੇ ਇਹਨੂੰ ਆਪਾਂ ਜਮਾ ਕਰਨੇ ਆਂ ਆ ਜੀ ਆਰ ਐਲ 2 ਲੱਗਾ ਹਲਾ ਦੁਕਾ ਹੈ ਸੈਂਟਰ ਵੀ ਦੁਕਾ ਹੈ ਤੇ ਚੌਥਾ ਫਿੰਗਰ ਵੀ ਦੁਕਾ ਹੈ ਨਾ ਦੋਵਾਂ ਨੂੰ ਜਮਾ ਕਰਾਂਗੇ ਨਾ ਤੇ ਜਮਾ 4 ਬਣੇਗੀ ਤਵੱਜੂ ਕਰਨੀ ਯਾਰ ਤੋ ਕੱਲੀ ਪੈਕਟ ਲੱਗਦੀ ਆ ਰਹੀ ਕੱਲੀ ਪੈਕਟ ਐ ਯਾਰ ਪਹਿਲੀ ਦਫਾ ਜਦੋਂ ਸੈੱਟ ਲੱਗਿਆ ਨਾ ਇਹ 6 ਸੀ ਤੇ ਆ 8 6 ਨੂੰ ਦੋਵਾਂ ਨੂੰ ਜਮਾ ਕੀਤਾ ਜਮਾ 5 ਸੀ ਕੱਲਾ 5 ਦਾ ਓਪਨ ਲੱਗਣਾ ਸੀ ਫਰਸਟ ਵਿੱਚ ਯਾਰ ਤੇ ਇਹ ਓਪਨ ਲੱਗ ਜਾਂਦਾ 5 ਦਾ ਪਹਿਲੀ ਪੱਟੀ ਤੇ ਦੁਬਾਰਾ ਯਾਰ ਜਦੋਂ ਇਹ ਸੈੱਟ ਲੱਗਿਆ ਇਹ ਤਿੰਨ ਜਮਾ ਸੀ ਤੇ ਕੱਲਾ ਤਿੰਨ ਦੋ ਓਪਨ ਲੱਗਣਾ ਸੀ ਤੇ ਇਹ ਤਿੰਨ ਦੋ ਓਪਨ ਲੱਗ ਜਾਂਦਾ ਆ ਅੱਜ ਯਾਰ ਇਹਨਾਂ ਦੀ ਜਮਾ ਚਾਰ ਹੈ ਕਹਿੰਦਾ ਸਿੰਗਲ ਇਥੇ ਚਾਰ ਦੋ ਓਪਨ ਲਾਓ ਸਭ ਤੋਂ ਪਹਿਲੇ ਤਾਂ ਚਾਰ ਦੇ ਓਪਨ ਦਾ ਸੈੱਟ ਵਿਖਾਇਆ ਮੈਂ ਆਪਣੇ ਦੋਸਤਾਂ ਨੂੰ ਕਿ ਚਾਰ ਦੋ ਓਪਨ ਕਿਸ ਤਰ੍ਹਾਂ ਲੱਗਦਾ ਆ ਰਿਹਾ ਫਿਰ ਮੈਂ ਤੇ ਪੂਰੇ ਐਂਗਲ ਸੈਂਟਰ ਵੀ ਕੱਲਾ ক্লোਜ਼ ਵੀ ਕੱਲਾ ਤੇ ਓਪਨ ਵੀ ਕੱਲਾ ਕਹਿੰਦਾ ਕਿ ਯਾਰ ਚਾਰ ਦਾ ਓਪਨ ਪਲੇ ਕਰੋ ਰੂਟੀਨ ਦੇ ਮੁਤਾਬਕ ਜੋ ਸੈੱਟ ਦੀ ਰੂਟੀਨ ਉਹਦੀ ਮੇਰੇ ਦੋਸਤਾਂ ਨੂੰ ਪਤਾ ਫਸਟ ਸੈਂਗੜੀ ਖੇਡਣੀ ਚਾਹੀਦੀ ਏ ਜ਼ਿਆਦਾ ਦੋਸਤ ਯਾਰ ਨਾ ਸਕਿਪ ਕਰਦੇ ਵੀਡੀਓ ਵੇਖਦੇ ਨੇ ਐਂਡ ਤੇ ਲੈ ਜਾਂਦੇ ਨੇ ਕਿ ਯਾਰ ਇਹ ਚੀਜ਼ ਭਾਈ ਨੇ ਦੇ ਦਿੱਤੀ ਬਸ ਠੀਕ ਹੈ ਰੂਟੀਨ ਨਹੀਂ ਵੇਖਣੀ ਕਿ ਰੂਟੀਨ ਦੀ ਪਾਵਰ ਕਿੰਨੀ ਕੁ ਹੈ ਰੂਟੀਨ ਦੇ ਵਿੱਚ ਕਿੰਨੀ ਕੁ ਜ਼ਰੂਰਤ ਹੈ ਲੱਗਣਾ ਕਿੱਥੇ ਜਾਂਦੀ ਸੈਕਿੰਡ ਲੱਗਣਾ ਚਾਹੀਦੀ ਫਰਸਟ ਲੱਗਣਾ ਚਾਹੀਦੀ ਇਹ ਚੀਜ਼ ਦਾ ਆਪ ਨੂੰ ਥੋੜਾ ਜਿਹਾ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਯਾਰ ਪੰਜ ਜਮਾ ਸੀ ਤੇ ਕੱਲਾ ਪੰਜ ਦਾ ਓਪਨ ਸੀ ਤੇ ਐਪਲੇ ਹੋ ਜਾਂਦਾ ਪੰਜਾ ਫਿਰ ਯਾਰਾ ਦੋਮਾ ਦੀ ਤਿੰਨ ਜਮਾ ਸੀ ਹੈ ਸੈਂਟਰ ਤੇ ਚੌਥੇ ਫਿੰਗਰ ਦੀ ਜਮਾ ਤਿੰਨ ਸੀ ਕੱਲਾ ਤਿੰਨ ਦਾ ਓਪਨ ਲੱਗਣਾ ਸੀ ਤੇ ਲੱਗ ਜਾਂਦਾ ਯਾਰ ਅੱਜ ਇਹ ਦੋਮਾ ਸੈਂਟਰ ਤੇ ਚੌਥੇ ਫਿੰਗਰ ਦੀ ਜਮਾ 4 ਇਹ ਕਹਿੰਦਾ ਕੱਲਾ ਇੱਥੇ 4 ਦਾ ਓਪਨ ਪਲੇ ਕਰੋ ਰੂਟੀਨ ਦੇ ਮੁਤਾਬਕ ਸਿੰਗਲ 4 ਦਾ ਓਪਨ ਜਿਹੜਾ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿੱਤਾ ਹੈ ਇਸ ਤੋਂ ਬਾਅਦ ਭਾਈ ਮੇਰੇ ਉੱਥੇ ਚਲਾ ਜਾਣਾ ਇਹਦੇ ਇੱਕਾਥੁੱਥੇ ਐ H6 ਪਿਆ ਸੀ ਇਹ ਕੱਲਾ 6 ਦਾ ਕਲੋਜ਼ ਲੱਗਣਾ ਸੀ ਯਾਰ ਐ H56 ਦਾ ਅਕੜਾ ਲੱਗ ਜਾਂਦਾ ਇਹਨਾਂ ਦੋਵਾਂ ਦੇ ਉੱਤੇ ਤਵੱਜੋ ਕਰਨੀ ਮੇਰੇ ਦੋਸਤਾਂ ਨੇ H4 4 ਦਾ ਸੈਂਟਰ ਥੱਲੇ ਸਾਦਾ ਸੈਂਟਰ ਇਨਾ ਦੋਵਾਂ ਸੈਂਟਰ ਤੇ ਚੌਥੇ ਫਿੰਗਰ ਨੂੰ ਜਮਾ ਕਰਨਾ ਹੈ ਇਹਦੀ ਉਤਲੀ ਪੱਟੀ ਤੇ ਚੌਥਾ ਫਿੰਗਰ ਕੱਲਾ ক্লোਜ਼ ਲੱਗਣਾ ਸੀ ਯਾਰ ਇਹ ਇਹ ਪੰਜ ਜਮਾ ਸੀ ਪੰਜ ਦਾ ਓਪਨ ਸੀ ਇਹ ਕੱਲਾ ਸੈਂਟਰ ক্লোਜ਼ ਹੈਗਾ ਸੀ ਯਾਰ ਤੇ ਇਹ ਲੱਗ ਜਾਂਦਾ 56 ਦਾ ਅਕੜਾ ਦੂਸਰੇ ਹਾਂ ਤੇ ਫਿਰ ਇਸੇ ਤਰੀਕੇ ਨਾਲ ਯਾਰ ਇਹ 7 ਪਿਆ ਸੀ ਕੱਲਾ 7 ਦਾ ক্লোਜ਼ ਲੱਗਣਾ ਸੀ ਇਹ ਤਿੰਨ ਦੀ ਜਮਾ ਨਾਲ ਇਹ ਤਿੰਨ ਦੀ ਜਮਾ ਸੀ ਤਿੰਨ ਦਾ ਕੱਲਾ ਓਪਨ ਲੱਗਣਾ ਸੀ ਉੱਤੇ 7 ਪਿਆ ਸੀ ਕੱਲਾ 7 ਦਾ ক্লোਜ਼ ਲੱਗਣਾ ਸੀ ਤੇ ਇਹ 37 ਦਾ ਅਕੜਾ ਲੱਗ ਜਾਂਦਾ ਯਾਰ ਦੂਸਰੀ ਦਫਾ ਅੱਜ ਕਹਿੰਦਾ ਕਿ ਯਾਰ ਇਹ ਉੱਤੇ ਪਿਆ 9 ਕੱਲਾ 9 ਦਾ ਕਲੋਜ਼ ਲਾਓ 4 ਦੇ ਉੱਪਰ ਨਾਲ ਆਕੜਾ ਕੀ ਬਣੇਗਾ ਜੀ 49 ਦਾ ਸਿੰਗਲ ਆਕੜਾ ਯਾਰ ਸਿੰਗਲ ਕੋਸ਼ਿਸ਼ ਕਰੀ ਦੀ ਯਾਰ ਕਿ ਕੋਈ ਦੋਸਤ ਨਾ ਫਾਇਦਾ ਹੋ ਜਾਵੇ ਫਸਟ ਸਮੇਂ ਚਨਾਬ ਹੈ ਤੇ ਸੈਕੰਡ ਨੂੰ ਲਾਜ਼ਮੀ ਪਲੇ ਕਰਿਆ ਜੇ ਸੈਕੰਡ ਨੂੰ ਛੋੜਨਾ ਨਹੀਂ ਕਿਉਂਕਿ ਇਸ ਸੈੱਟ ਨੇ ਪਹਿਲੇ ਵੀ ਆਪਣੇ ਨਾਲ ਕੋਈ ੇਠਾ ਉਤਾ ਕਰ ਗਿਆ ਬਸ ਥੋੜਾ ਜਨਾ ਵਾਧਾ ਘਾਟਾ ਕਰ ਗਿਆ ਯਕੀਨ ਕਰ ਜੋ بڑے ਐਂਗਲ ਦੇ ਨਾਲ ਬੜੇ ਅੱਛੇ ਕੋਸ਼ਿਸ਼ ਦੇ ਨਾਲ ਇਹ ਸਿੰਗਲ ਆਕੜਾ ਨਿਕਲਿਆ ਯਾਰ ਪਿਛਾ ਲੱਗਦਾ ਆ ਰਿਹਾ ਹੈ ਦੋ ਹੱਥ ਲੱਗ ਚੁੱਕਿਆ ਹੈ ਤੀਸਰੇ ਹੱਥ ਤੇ ਪਿਆ ਹੈ ਇਹ ਜਦੋਂ ਵੀ ਤੁਸੀਂ ਥਾਈਲੈਂਡ ਦਾ ਨਾ ਦੂਸਰੇ ਹੱਥ ਦਾ ਸੈਟ ਨੂੰ ਛੋੜਨਾ ਨਹੀਂ ਕਿਉਂਕਿ ਪਿਛਲੀ ਦਫਾ ਵੀ ਮੇਰੇ ਕੋਲ ਇੱਕ ਸੈਟ ਬੜਾ ਪਿਆਰਾ ਸੀ 93 ਦਾ ਆਕੜਾ ਦੋ ਤਿੰਨ ਦਫਾ ਲੱਗੇ ਪਿਛਾਂ ਸੰ 2012 ਤੋਂ ਥੱਲੇ ਥੱਲੇ 93 ਦਾ ਆਕੜਾ ਜਦੋਂ ਲੱਗਿਆ 5 ਹੱਥ 5 ਹੱਥ ਅੱਗੇ ਇਹੀ ਪੈਕਟ ਪਲੇ ਹੋ ਰਹੀ ਸੀ ਯਾਰ ਤੀਸਰੇ ਹੱਥ ਤੇ ਪਈ ਸੀ ਲੇਕਿਨ ਮੈਂ ਕਿਹਾ ਯਾਰ ਪਿਛਾ ਨਹੀਂ ਲੱਗੀ ਤੇ ਮੈਂ ਆਪਣੇ ਦੋਸਤਾਂ ਨਾਲੇ ਸ਼ੇਅਰ ਨਹੀਂ ਕੀਤੀ ਸੀ ਕਿਉਂਕਿ ਪਿਛਾ ਲੱਗੀ ਨਹੀਂ ਸੀ ਮੈਂ ਕਿਹਾ ਹੋ ਸਕਦਾ ਯਾਰ ਦੋ ਦਫਾ ਲੱਗੀ ਤੀਸਰੇ ਹੱਥ ਤੇ ਨਾ ਲ ਇਸੇ ਤਰੀਕੇ ਨਾਲ ਯਾਰ ਕਿਸਰਾ ਹੱਥ ਹੈਗਾ ਕਿ ਇਹ ਦੋਵਾਂ ਨੂੰ ਜਮ੍ਹਾਂ ਕਰਾਂਗੇ ਤੇ ਓਪਨ ਸਿੰਗਲ 4 ਦਾ ਉੱਥੇ ਚੌਥਾ ਫਿੰਗਰ ਪਿਆ ਹੈ ਨੋ ਕੱਲਾ 9 ਤਾਂ ਕਹਿੰਦਾ ਇੱਥੇ ਕਲੋਜ਼ ਲਾਓ ਕੱਲਾ 94 ਦਾ ਆਖੜਾ ਯਾਰ ਕਿਸੇ ਦੀ ਸਮਝ ਆਵੇ ਤੇ ਐਸ ਆਖੜੇ ਨੂੰ ਲਾਜ਼ਮੀ ਪਲੇ ਕਰਿਆ ਜੇ ਲਾਜ਼ਮੀ ਪਲੇ ਕਰਿਆ ਜੇ ਫਸਟ ਨਾ ਸਮਝ ਆਵੇ ਤੈਨੂੰ ਸੈਕੰਡ ਪਲੇ ਕਰ ਲਿਆ ਜੇ ਲੇਕਿਨ ਉਹਨੂੰ ਛੋੜਿਆ ਜੇ ਨਹੀਂ ਥੋੜਾ ਖੇਡ ਲੈ ਜੇ ਥੋੜਾ ਖੇਡ ਲੈ ਜੇ ਕਿਉਂਕਿ ਮੈਂ ਸੈੱਟ ਤੇ ਚੁਣਾ ਲਾਨੀਆਂ ਨੇ 4 ਤੋਂ 5 ਵੀਡੀਓ ਲਾਨੀਆਂ ਨੇ ਮੈਂ ਤੇ ਮੈਂ ਆਪਣੇ ਦੋਸਤਾਂ ਨਾਲ ਇੱਕ ਹੀ ਕੋਸ਼ਿਸ਼ ਹੋਵੇਗੀ ਕਿ ਹਰ ਵੀਡੀਓ ਚ ਇੱਕ ਹੀ ਚੀਜ਼ ਦੇਵਾਂ ਐ ਯਾਰ ਜਦੋਂ ਚਾ ਇਹ 5 ਜਮਾ ਸੀ 5 ਦਾ ਓਪਨ ਲੱਗਣਾ ਸੀ ਉੱਤੇ 6 ਸੀ 6 ਜਿਹੜਾ ਨਾ ਇਹਨੇ ক্লোਜ਼ ਲੱਗਣਾ ਸੀ ਇਹ ਲੱਗਿਆ ਇਹ 6 ਦੇ ਨਾਲ ਐ ਤੇ ਥੱਲੇ ਜਿਹੜਾ 5 ਜਮਾ ਆਪਾਂ ਕੀਤਾ ਹੈ ਸੈਂਟਰ ਹੈਗਾ ਸੀ 6 ਦਾ 6 ਦਾ ਕਰ ਇੱਕ ਕੱਲਾ ਸੈਂਟਰ ਲੱਗਣਾ ਸੀ 56 ਇੱਕ ਦੀ ਪੈਕੇਟ ਹੈ ਪਹਿਲੀ ਦਫਾ ਪਲੇ ਹੋ ਜਾਂਦੀ ਦੁਬਾਰਾ ਯਾਰ ਜਦੋਂ ਐ ਆਪਾਂ ਡਰਾ ਖੇਣਾ ਸੀ ਇਹ ਦੋਵਾਂ ਨੂੰ ਜਮਾ ਕਰਾਂਗੇ ਜਮਾ 3 ਸੀ ਕੱਲਾ 3 ਦਾ ਓਪਨ ਹੈਗਾ ਸੀ ਯਾਰ ਐ ਸੈਂਟਰ ਹੈਗਾ ਸੀ ਉਤਲਾ 2 ਦਾ 2 ਦਾ ਕਰ 7 ਕੱਲਾ ਸੈਂਟਰ ਲੱਗਣਾ ਸੀ ਯਾਰ ਤੇ 37 7 ਦੀ ਪੈਕੇਟ ਪਲੇ ਹੋ ਜਾਂਦੀ ਹੈ ਤਵੱਜੋ ਕਰਨੀ ਇਹ 6 ਸੈਂਟਰ ਸੀ ਇਹ 700 ਉਥਲਾ ਸੈਂਟਰ ਇਹਦਾ ਘਰ ਸਿੱਧਾ ਸੈਂਟਰ ਲੱਗਣਾ ਸੀ 56 ਦੇ ਆਕੜੇ ਨਾਲ ਯਾਰ ਤੇ ਇਹ 55 ਇੱਕ ਦਾ ਪੈਕੇਟ ਪਹਿਲੀ ਦਫਾ ਦੂਸਰੀ ਦਫਾ 37 ਦਾ ਆਕੜਾ ਸੀ ਯਾਰ ਤੇ ਇਹ 2 ਸੀ 2 ਦਾ ਘਰ 7 ਕੱਲਾ ਸੈਂਟਰ ਲੱਗਣਾ ਸੀ ਤੇ ਯਾਰ ਇਹ 37 7 ਦੀ ਪੈਕੇਟ ਪਲੇ ਹੋ ਜਾਂਦੀ ਅੱਜ ਕਹਿੰਦਾ ਯਾਰ ਕਿ ਉੱਤੇ 2 ਦਾ ਸੈਂਟਰ ਪਿਆ 2 ਦਾ ਘਰ 7 ਕੱਲਾ ਸੈਂਟਰ ਪਲੇ ਕਰੋ ਇੱਥੇ ਕੱਲਾ ਸੈਂਟਰ 49 7 ਦਾ ਪੈਕੇਟ ਯਾਰ ਕਿਸੇ ਦੋਸਤੀ ਸਮਝ ਆ ਜਾਵੇ ਨਾ ਕਿਸੇ ਵੀ ਦੋਸਤੀ ਸਮਝ ਆ ਜਾਵੇ ਤੇ ਇਹਨੂੰ ਪਲੇ ਕਰਨਾ ਹੈ ਅਦਰਵਾਇਜ਼ ਤੁਸੀਂ ਇਗਨੋਰ ਕਰ ਸਕਦੇ ਹੋ ਛੋੜ ਸਕਦੇ ਹੋ ਤਾਂ ਮਿਹਰਬਾਨੀ ਉਹਨਾਂ ਦੋਸਤਾਂ ਉਹਨਾਂ ਭਾਈਆਂ ਤੋਂ ਜਿਹੜੇ ਯਾਰ ਸਕਿਪ ਕਰਕੇ ਵੇਖਦੇ ਨੇ ਜੋ ਦੋਸਤ ਲਾਈਕ ਵੀ ਨਹੀਂ ਕਰਦੇ ਯਾਰ ਇਨੀ ਮਿਹਨਤ ਇਨੀ ਸਰਚ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੀ ਦੀ ਫਿਰ ਵੀ ਲਾਈਕ ਨਹੀਂ ਕਰਦੇ ਯਾਰ ਇਹ ਸਿੰਗਲ ਪੈਕੇਟ ਹੈ ਇਹਦਾ ਹੋਰ ਵੀ ਮੈਂ ਆਪਣੇ ਦੋਸਤਾਂ ਨੂੰ ਖਾਣਾ ਕਿ ਯਾਰ ਵੇਖੋ ਇਹ ਦੋਵਾਂ ਨੂੰ ਜਮਾ ਕੀਤਾ ਜਮਾ 5 ਸੀ ਕੱਲਾ ਓਪਨ ਲੱਗਣਾ ਸੀ ਉੱਤੇ 6 ਸੀ ਕੱਲਾ 6 ਦਾ ক্লোਜ਼ ਲੱਗਣਾ ਸੀ ਇਹ 6 ਸੀ 6 ਦਾ ਕਰ ਇੱਕ ਕੱਲਾ ਸੈਂਟਰ ਲੱਗਣਾ ਸੀ ਯਾਰ ਤੇ ਪਹਿਲੀ ਪੈਕਟ ਪਹਿਲੀ ਦਫਾ ਪੈਕਟ ਪਲੇ ਹੋਈ ਉਸੇ ਤਰੀਕੇ ਨਾਲ ਯਾਰ ਤਿੰਨ ਜਮਾ ਸੀ ਤਿੰਨ ਦਾ ਕੱਲਾ ਓਪਨ ਲੱਗਣਾ ਸੀ ਉਥੇ ਆ 7 ਪਿਆ ਸੀ 7 ਕੱਲਾ ক্লোਜ਼ ਲੱਗਣਾ ਸੀ ਇਸ ਦੋ ਦਾ ਕਰ 7 ਸੈਂਟਰ ਲੱਗਣਾ ਸੀ ਯਾਰ ਤੇ ਪੂਰੀ ਪੈਕਟ ਨੇ ਹਿਲਾਤੀ ਅੱਜ ਫਿਰ ਯਾਰ ਇਹ 4 ਜਮਾ 4 ਦਾ ਓਪਨ 9 ਦਾ ক্লোਜ਼ 2 ਦਾ ਕਰ 7 ਸਿੰਗਲ ਸੈਂਟਰ ਯਾਰ ਕਿਸੇ ਦੀ ਸਮਝ ਆ ਜਾਵੇ ਤੇ ਇਹ ਪੈਕਟ ਪਲੇ ਕਰਨੀ ਹੈ ਨਾ ਸਮਝ ਆਵੇ ਤਾਂ ਣੋਰ ਕਰ ਸਕਦੇ ਹੋ ਛੋੜ ਸਕਦੇ ਹੋ थोड़ी समझ च ना आए तुम छोड़ो मैं मेरी मेहनत हैगीच हैगी मैं अपने दोस्तों के सामने रख दी है अगर पसंद आया तो जरूर प्ले करे नहीं पसंद तो छोड़ सकते हो रूटीन मुताबिक जो चीज़ निकली है अपने दोस्तान शेयर करती इसको तो अगली वीडियो बड़ी प्यारी बहुत ही जबरदस्त अपने दोस्तों शेयर करा इनशाला है एक पैकेट यार किसी की समझ आए तो प्ले करे इन शाला अगली वीडियो बड़ी प्यारी बहुत ही जबरदस्त अपने दोस्तों शेयर करा उ तक इजाजत दो अल्लाज